ਸਤਿਗੁਰ ਪ੍ਰਸਾਦ ਗਗਨ ਮੈਂ ਪਾਰ ਅੰਗਦੀ ਨਾਮ ਤੇਰੋ ਆਸਰੋ ਨਾਮ ਤੇਰੋ ਰਸ
Sasta.
भेद सदा बहु भेद कहे हम एक न जाने इस बात में कृपा तो मरी कर मैं ना कहो सब तो एक भगवान सगल द्वार को छोड़ के गयो तुहारो द्वार बाहे गए किलाज अस गोविंद दास ऐसे चंड प्रताप ते देवन बड़ो प्रताप तीन लोक जय जय करे चतर चक्र वर्ती चतर चक्र भुगते स्वयं भव सुभं सर्वदा सर्व जुगते दुकालं परनासी दयालं स्वरूपे सदायंग संगे जो राम एक ही देवा पूजो राम एक ही देवा पूजो राम एक ही देवा पूजो राम एक ही देवा साचा नारायण गुरु की सेवा
Thank you.
ਦਿਨ ਸਨਰੈਨ ਬੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰ ਕਹਿ ਕਬੀਰ ਨਾਰਤ ਸਹਿਤ ਆਵੋ ਬਾਵਰ ਜਿਹੜਾ ਸੁਤ ਹੀ ਪ੍ਰਕਾਸ਼ ਰੂਪ ਹੈ ਤੀਜੀ ਦੀ ਸੱਤਾ ਨੂੰ ਲੈ ਕੇ ਚੇਤਨਤਾਈ ਨੂੰ ਲੈ ਕੇ ਸਾਰੇ ਪ੍ਰਕਾਸ਼ ਹੋ ਰਹੇ ਹਰਕਤ ਕਰ ਪੂਜੋ ਰਾਮ ਜਿਹੜਾ ਰਾਮ ਦਾ ਮਤਲਬ ਹੁੰਦਾ ਜਿਹੜਾ ਰਮਿਆ ਹੋਇਆ ਸਾਰੇ ਪਾਸੇ ਵਿਆਪਕ ਕਹਿਣ ਲੱਗੇ ਉਹੀ ਦੇਵਤਿਆਂ ਦੇ ਵਿੱਚ ਸਭ ਤੋਂ ਵੱਡਾ ਦੇਵ ਉਹੀ ਹੈ ਜੇ ਪੂਜਣਾ ਕਬੀਰ ਸਾਹਿਬ ਜੀ ਦਾ ਬਚਨ ਬੜਾ ਸੋਹਣਾ ਹੁੰਦਾ ਹੈ ਕਹਿੰਦੇ ਕਬੀਰ ਸਾਹਿਬ ਕਹਿੰਦੇ ਹਨ ਕਹਿਣ ਲੱਗੇ ਨਾਵਣ ਕੋ ਤੀਰਥ ਘਣੇ ਮਨ ਬਉਰਾਰੇ ਪੂਜਨ ਕੋ ਬਹੁਦੇਵ ਜੇ ਤੀਰਥਾਂ ਦੇ ਉੱਤੇ ਨਹਾ ਕੇ ਪਾਰ ਉਤਾਰਾ ਹੋਣਾ ਹੁੰਦਾ ਤੇ ਬਥੇਰੇ ਤੀਰਥ ਆ ਦੁਨੀਆਂ ਦੇ ਉੱਤੇ ਇੱਕ ਅੱਧਾ ਤੀਰਥ ਥੋੜੇ ਕਿਤੇ ਕਹਿਣ ਲੱਗੇ ਨਾਵਣ ਕੋ ਤੀਰਥ ਘਣੇ ਮਨ ਬਉਰਾਰੇ ਪੂਜਨ ਕੋ ਬਹੁਦੇਵ ਤੇ 33 ਕਰੋੜ ਦੇਵਾ ਦੇਵੀ ਦੇਵਤੇ ਪਏ ਆ ਪੂਜਣ ਵਾਸਤੇ ਪੂਜੀ ਚਲੋ ਜਿੰਨੇ ਪੂਜਣੇ ਜਿੰਨੇ ਮਰਜ਼ੀ ਤੀਰਥਾਂ ਤੇ ਨਹਾਈ ਚਲੋ ਪਰ ਇੱਕ ਗੱਲ ਯਾਦ ਰੱਖਿਓ ਕਹਿੰਦੇ ਕਹੋ ਕਬੀਰ ਛੂਟਣ ਨਹੀਂ ਮਨ ਬਉਰਾਰੇ ਛੂਟਣ ਹਰ ਕੀ ਸੇਵ ਪਰ ਯਾਦ ਰੱਖਿਓ ਤੀਰਥਾਂ ਦੇ ਉੱਤੇ ਨਹਾ ਕੇ ਕਲਿਆਣ ਨਹੀਂ ਜੇ ਹੋਣੀ ਨਾ ਕਿਸੇ ਦੇਵਤਿਆਂ ਦੀ ਪੂਜਾ ਕਰਕੇ ਜੇ ਕਲਿਆਣ ਹੋਣੀ ਹੈ ਨਾ ਉਹ ਜਿਹੜਾ ਦੇਵਾ ਕਾਲ ਪੁਰਖ ਵਾਹਿਗੁਰੂ ਹੈ ਜਿਹਨੂੰ ਆਪਾਂ ਪੜ੍ਹਦੇ ਨਾ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਮਹਾਰਾਜ ਉਹ ਜਿਹੜਾ ਬਲ ਸੀ ਨਾ ਜਿਸ ਬਲ ਦੇ ਨਾਲ ਰਾਮ ਨੇ ਰਾਵਣ ਨੂੰ ਮਾਰਿਆ ਉਹ ਬਲ ਤੇਰਾ ਹੀ ਸੀ ਜਿਸ ਬਲ ਦੇ ਨਾਲ
ਕੇਸੀ ਸੀਗਾ ਪਹਿਲਵਾਨ, ਜਿਹੜੇ ਕੇਸੀ ਸੀ ਨਾ, ਜਦੋਂ ਇਹ ਮੱਲ ਅਖਾੜਾ ਰਚਿਆ ਸੀਗਾ ਵੀ ਧੋਖੇ ਨਾਲ ਕ੍ਰਿਸ਼ਨ ਜੀ ਨੂੰ ਮਰਾ ਦਿਆਂਗੇ, ਇਹ ਕੰਸ ਨੇ ਸਾਰੀ ਪਲੈਨਿੰਗ ਬਣਾਈ। ਕੇਸੀ ਜਿਹੜਾ ਪਹਿਲਵਾਨ ਸੀ ਇਹਦਾ ਬੜਾ ਤਕੜਾ, ਜਿਹੜਾ ਕਿਸੇ ਤੋਂ ਹਾਰਦਾ ਨਹੀਂ ਸੀ, ਉਹ ਕੇਸੀ ਤੇ ਕੰਸ ਤੇ ਮਹਾਰਾਜ, ਉਹ ਜਿਹੜਾ ਬਲ ਸੀ ਜਿਹਦੇ ਨਾਲ ਕੇਸੀ ਨੂੰ ਤੇ ਕੰਸ ਨੂੰ ਨਾਸ ਕੀਤਾ ਮਾਰਿਆ, ਉਹ ਬਲ ਵੀ ਤੇਰਾ ਹੀ ਪ੍ਰਦਾਨ ਕੀਤਾ। ਜਦੋਂ ਇਹਨਾਂ ਦੇਵੀ ਦੇਵਤਿਆਂ ਦੇ ਅੰਦਰ ਸਾਰੇ ਪਾਸੇ ਤੇਰੀ ਸੱਤਾ ਜਿਸ ਨੂੰ ਲੈ ਕਰਕੇ ਇਹ ਪ੍ਰਫੁੱਲਤ ਹੋ ਰਹੇ ਨੇ, ਫਿਰ ਅਸੀਂ ਇਹਨਾਂ ਨੂੰ ਕਾਹਨੂੰ ਸੇਵਣਾ, ਅਸੀਂ ਵਾਹਿਗੁਰੂ ਡਾਇਰੈਕਟ ਤੇਰੀ ਪੂਜਾ ਕਰਾਂਗੇ। ਮਹਾਰਾਜ ਬਚਨ ਕਰਦੇ ਹਨ, ਅੰਤਰ ਮੈਲ ਜੇ ਤੀਰਥ ਨਾ ਹੋਵੇ ਤਿਸ ਬੈਕੁੰਠ ਨਾ ਜਾਣਾ। ਜਿਹੜੇ ਬੰਦੇ ਦੇ ਅੰਦਰ ਮੈਲ ਭਰੀ ਹੋਵੇ ਭੈੜਿਆਂ ਵਿਚਾਰਾਂ ਦੀ, ਵਿਸ਼ੇ ਵਿਕਾਰਾਂ ਦੀ, ਉਹ ਜਿੰਨਾ ਮਰਜ਼ੀ ਤੀਰਥਾਂ ਦੇ ਉੱਤੇ ਨਹਾਈ ਚੱਲੇ, ਨਹਾ ਕੇ ਬੈਕੁੰਠ ਨੂੰ ਨਹੀਂ ਚੱਲ ਚੱਲਿਆ। ਅੰਤਰ ਮੈਲ ਜੇ ਤੀਰਥ ਨਾ ਹੋਵੇ, ਹਾਂ ਇਹ ਗੱਲ ਹੈਗੀ ਆ, ਲੋਕ ਪਤੀਣੇ ਲੋਕ ਪਤਿਆ ਲਉਂਗੇ ਤੁਸੀਂ, ਅਗਲਾ ਕਹਿ ਦੂਗਾ ਵੀ ਸਾਲ ਦੇ ਵਿੱਚ ਕਹਿਣ ਲੱਗਾ ਦੋ ਵਾਰ ਗੇੜਾ ਲਾ ਆਉਂਦਾ, ਦੇਖ ਲਓ ਫਲਾਣੇ ਫਲਾਣੇ ਤੀਰਥ 'ਤੇ ਜਾ ਆਉਂਦਾ, ਬੜਾ ਵਧੀਆ, ਤਾਂ ਨਿਜਮੀ ਆ, ਲੋਕਾਂ ਨੂੰ ਪਤਿਆ ਲਉਂਗੇ ਤੁਸੀਂ, ਇਹ ਤਾਂ ਯਾਰ ਵੀ ਤਖਤਾਂ ਦੀ ਯਾਤਰਾ ਕਰਦਾ। ਯਾਦ ਰੱਖਿਓ ਜ਼ਰੂਰੀ ਹੈ ਸਾਡੇ ਲਈ ਜੀਵਨ ਦੇ ਵਿੱਚ, ਬੜੀਆਂ ਉਪਭਾਗਾਂ ਵਾਲੀਆਂ ਧਰਤੀਆਂ, ਭਾਵੇਂ ਉੱਥੇ ਤੁਸੀਂ ਰਹੋ, ਪਰ ਇਹ ਹੈ ਵੀ ਉੱਥੇ ਰਹਿ ਕੇ ਜੇ ਬਗਲੇ ਵਾਲਾ ਹਿਸਾਬ ਕਿਤਾਬ ਹੋਊਗਾ ਨਾ, ਵੀ ਬਗਲੇ ਨੂੰ ਤੁਸੀਂ ਬੈਕੁੰ ਉੱਥੇ ਤੀਰਥ 'ਤੇ ਲੈ ਜਾਓ, ਉਹਨੇ ਉੱਥੇ ਵੀ ਜਾ ਕੇ ਮੱਛੀਆਂ ਫੜ ਫੜ ਕੇ ਖਾਣੀ ਹੁੰਦੀ। ਜੇ ਉੱਥੇ ਵੀ ਵਕਾਰ ਹੀ ਕਰਨੇ, ਮਾੜੇ ਕਰਮ ਹੀ ਕਰਨੇ ਆ, ਗੱਲ ਨਹੀਂ ਜੇ ਬੰਨੀ। ਕਹਿੰਦੇ ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਅਯਾਣਾ, ਕਿਉਂਕਿ ਵਾਹਿਗੁਰੂ ਅਯਾਣਾ ਥੋੜ੍ਹੀ ਹੈ, ਬੇਸਮਝ ਥੋੜ੍ਹੀ ਹੈ, ਉਹਨੂੰ ਸਭ ਪਤਾ ਵੀ ਇਹ ਕੀ ਕਰਦਾ, ਇਹਦੇ ਅੰਦਰ ਕੀ ਹੈ, ਅਤੇ ਲੋਕਾਂ ਨੂੰ ਪਤਿਆਉਣ ਵਾਸਤੇ ਕਰਦਾ ਸਾਰਾ। ਇਸ ਕਰਕੇ ਮਹਾਰਾਜ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਨਹਾਉਣਾ ਇਹ ਨਹੀਂ ਹੈਗਾ ਵੀ ਉਹਨੂੰ ਨਹਾਉਣਾ ਛੱਡ ਦਈਏ, ਠੀਕ ਹੈ। ਮਹਾਰਾਜ ਦਾ ਬਚਨ ਆ ਗੁਰਮੁਖ ਦੀ ਜ਼ਿੰਦਗੀ ਵਿੱਚ ਤਿੰਨ ਚੀਜ਼ਾਂ ਨੇ, ਨਾਮ ਦਾਨ, ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਨਾਮ ਜਪਣਾ, ਫਿਰ ਆਪਣੀ ਕਿਰਤ ਕਰਕੇ ਉਹਦੇ ਵਿੱਚ ਦਾਨ ਕਰਨਾ, ਦਸਵੰਧ ਕੱਢਣਾ, ਇਹ ਗੁਰਸਿੱਖ ਦਾ ਨਿਯਮ ਹੈ। ਇਸ ਕਰਕੇ ਪਰ ਇਕੱਲਾ ਇਸ ਦੀ ਥਾਂ 'ਤੇ ਨਹੀਂ, ਜਿਹੜਾ ਬੰਦਗੀ ਕਰਦਾ, ਸਿਮਰਨ ਕਰਦਾ, ਗੁਰੂ ਦੀ ਸੇਵਾ ਕਰਦਾ, ਉਹ ਜਿਹੜਾ ਇਸ਼ਨਾਨ ਹੈ ਕਲਿਆਣ, ਉਹਦੇ ਨਾਲ ਜਾ ਕੇ ਬਣਦਾ। ਹੋਈਆਂ ਗਲਤੀਆਂ ਦੀ ਮਾਫ਼ੀ ਬਖਸ਼ਣੀ ਜੀ, ਫਤਿਹ ਗਜਾਓ ਆਪੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।